ਇਹ ਆ ਸਾਡੀ ਪੁਰਾਣੀ ਫ੍ਰਿਜ ਜਿਹੜੀ ਕੂਲਿੰਗ ਘੱਟ ਕਰਦੀ ਸੀ ਤੇ ਜ਼ਲੀਲ ਬਹੁਤਾ ਕਰਦੀ ਸੀ। ਯਾਰ ਫ੍ਰਿਜ ਅਸੀਂ ਆਨ ਕਰ ਦਿੱਤੀ ਆ, ਹੁਣ ਇਹਦਾ ਡਿਸਪਲੇ ਵੀ ਆਉਣਾ ਸ਼ੁਰੂ ਹੋ ਗਿਆ ਅੰਦਰੋਂ ਇਸ ਟਾਈਮ। ਇਹਦੀ ਆਹ ਲੁੱਕ ਆ। ਯਾਰ ਬਸ ਅਸੀਂ ਹੁਣ ਲੋਡਰ ਵਾਲੇ ਦਾ ਵੇਟ ਕਰ ਰਹੇ ਹਾਂ ਕਿ ਕਦੋਂ ਉਹ ਬਸ ਆਵੇ ਜਲਦੀ। ਅਸਲ ਬਾਰਿਸ਼ ਪਈ ਹੋਈ ਆ ਅਤੇ ਹਰ ਤਰਫ ਜਿਹੜਾ ਹੈ ਨਾ ਪਾਣੀ ਆ ਅਤੇ ਉਹਨੂੰ ਰਸਤਾ ਵੀ ਨਹੀਂ ਮਿਲ ਰਿਹਾ ਕਿ ਕਿੱਧਰੋਂ ਦੀ ਅਸੀਂ ਆਈਏ। ਉਹਨੂੰ ਐਡਰੈਸ ਸਮਝਾ ਦਿੱਤਾ ਸੀ ਕਿ ਯਾਰ ਇਸ ਐਡਰੈਸ ਜਿਹੜਾ ਹੈ ਨਾ ਇਹਨੂੰ ਤੂੰ ਡਰੋਪ ਕਰਨਾ। ਬਸ ਹੁਣ ਆਉਂਦਾ ਅਤੇ ਜਿਹਨੂੰ ਅਸੀਂ ਅਨਪੈਕ ਕਰਾਂਗੇ ਔਰ ਫਿਰ ਅੰਦਰ ਸ਼ਿਫਟ ਕਰਾਂਗੇ। ਜਿਹੜੀ ਦੂਸਰੀ ਪੁਰਾਣੀ ਫ੍ਰਿਜ ਆ ਉਹਨੂੰ ਬਾਹਰ ਕੱਢ ਦਿਆਂਗੇ। ਲਓ ਜੀ ਫਾਈਨਲੀ ਜਿਹੜੀ ਹੈ ਸਾਡੀ ਫ੍ਰਿਜ ਸਾਡੇ ਘਰ ਪਹੁੰਚ ਗਈ ਹੈ ਔਰ ਇਹਦਾ ਅਸੀਂ ਜਿਹੜਾ ਮਾਡਲ ਲਿਆ ਉਹ ਲਿਆ 538 IF ਰੈੱਡ ਦੇ ਵਿੱਚ, ਕਿਉਂਕਿ ਇੱਕ ਹੀ ਪੀਸ ਅਵੇਲੇਬਲ ਸੀ ਉਹ ਵੀ ਸਾਨੂੰ ਉਹਨਾਂ ਨੇ ਮੰਗਵਾ ਕੇ ਦਿੱਤਾ ਨਾਲ ਵਾਲੇ ਸ਼ਹਿਰੋਂ ਡਾਰਾਂ ਵਾਲਾ ਤੋਂ। ਮੇਰਾ ਖਿਆਲ ਸੀ ਕਿ ਇਹਨੂੰ ਸੁਬਹਾ ਅਨਪੈਕ ਕਰਦੇ ਹਾਂ, ਲੇਕਿਨ ਘਰ ਵਾਲਿਆਂ ਦੇ ਆਰਡਰ ਕਿ ਭਾਈ ਹੁਣੇ ਕਰੋ। ਭਾਜੀ ਭਾਜ ਦੌੜ ਕਰਕੇ ਕਾਫੀ ਥੱਕਿਆ ਹੋਇਆ ਸੀ ਅਤੇ ਮੇਰਾ ਇਰਾਦਾ ਸੀ ਕਿ ਯਾਰ ਸੁਬਹਾ, ਲੇਕਿਨ ਹੁਣ ਕਰਨੀ ਪੈਣੀ ਆ, ਇਹਨੂੰ ਅਨਪੈਕ ਕਰਦੇ ਹਾਂ। ਔਰ ਕਿਉਂਕਿ ਉਹ ਜਿਹੜਾ ਟਾਈਮ ਹੁੰਦਾ ਨਾ ਕਿ 3-4 ਘੰਟੇ ਉਹਨੂੰ ਫਰਿੱਜ ਨੂੰ ਚਲਾ ਕੇ ਰੱਖਣਾ ਹੁੰਦਾ, ਉਹ ਰਾਤੋਂ ਰਾਤ ਕਵਰ ਹੋ ਜਾਏਗਾ, ਸੁਬਹਾ ਅਸੀਂ ਆਪਣੀਆਂ ਚੀਜ਼ਾਂ ਵਿੱਚ ਰੱਖ ਦਿਆਂਗੇ। ਇਹ ਸੀ ਸਾਡੀ ਪੁਰਾਣੀ ਫਰਿੱਜ। ਇਹਦਾ ਇਹਦੀ ਕੰਪਨੀ ਜਿਹੜੀ ਸੀ ਉਹ ਡੋਲੈਂਸ ਦੀ ਸੀ ਔਰ ਇਹਦਾ ਸਾਈਜ਼ ਜਿਹੜਾ ਸੀ ਉਹ ਮੀਡੀਅਮ ਸੀ ਔਰ ਇਹ ਅਸੀਂ ਤਕਰੀਬਨ ਅੱਜ ਤੋਂ 7 ਸਾਲ ਪਹਿਲੇ ਖਰੀਦੀ ਸੀ ਔਰ ਇਹਦੇ ਵਿੱਚ ਜਿਹੜੇ ਮਸਲੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹਦੀ ਵਜ੍ਹਾ ਤੋਂ ਅਸੀਂ ਚੇਂਜ ਕੀਤੀ ਸੀ ਉਹਦਾ ਇਹ ਸੀ ਕਿ ਇਹਦੀ ਸਪੇਸ ਥੋੜ੍ਹੀ ਸੀ ਔਰ ਇਹਦੇ ਵਿੱਚ ਡੁਅਲ ਫੈਨ ਨਵੀਂ ਜਿਹੜੀ ਟੈਕਨੋਲੋਜੀ ਸੀ, ਨਾ ਇਨਵਰਟਰ ਸੀ ਔਰ ਨਾ ਹੀ ਡੁਅਲ ਫੈਨ ਲੱਗਿਆ ਹੋਇਆ ਸੀ ਜਿਹੜਾ ਸਰਕੂਲੇਟ ਕਰਦਾ ਕੂਲਿੰਗ ਨੂੰ ਅੰਦਰ। ਇਹਦੇ ਅੰਦਰ ਅੱਛੀ ਚੀਜ਼ ਇਹ ਸੀ ਕਿ ਇਹਦੇ ਜਿਹੜੇ ਟਰੇਆਂ ਬਣੀਆਂ ਹੋਈਆਂ ਸੀ ਉਹ ਜਾਲੀ ਦੀਆਂ ਬਣੀਆਂ ਹੋਈਆਂ ਸੀ, ਨਾ ਕਿ ਗਲਾਸ ਦੀਆਂ। ਗਲਾਸ ਟੁੱਟ ਸਕਦਾ, ਜਾਲੀ ਜਿਹੜੀ ਹੈ ਸੀ ਉਹਦੇ ਵਿੱਚ ਜਿੰਨਾ ਮਰਜ਼ੀ ਵਜ਼ਨ ਪਾਉਂਦੇ ਜਾਂਦੇ ਸੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ। ਇਹਦਾ ਤੁਹਾਨੂੰ ਮੈਂ ਦਿਖਾ ਰਿਹਾ ਡੋਰ ਦੇ ਵਿੱਚ ਇਹਦਾ ਜਿਹੜਾ ਹੈ ਨਾ ਬੋਟਲ ਗਾਰਡ ਉਹ 2 ਸੀ, ਲੇਕਿਨ ਉਹਦੀ ਸਪੇਸ ਬਹੁਤ ਘੱਟ ਸੀ। ਹੁਣ ਮੈਂ ਤੁਹਾਨੂੰ ਦਿਖਾਉਂਦਾ ਇਹਦੇ ਥੱਲੇ ਵਾਲਾ ਹਿੱਸਾ ਔਰ ਥੱਲੇ ਵਾਲੇ, ਇਹਦਾ ਤੁਸੀਂ ਹੈਂਡਲ ਵੀ ਦੇਖ ਰਹੇ ਹੋ ਕਿ ਹੈਂਡਲ ਜਿਹੜੇ ਸੀ ਉਹ ਬਾਹਰ ਵਾਲੀ ਸਾਈਡ 'ਤੇ ਸੀ, ਜਿਹਨੂੰ ਥੋੜ੍ਹਾ ਜਿਹਾ ਜ਼ਿਆਦਾ ਵਜ਼ਨ ਪੈਂਦਾ ਸੀ ਜਾਂ ਜ਼ੋਰ ਕੇ ਖਿੱਚਦੇ ਸੀ। ਪਹਿਲਾਂ ਤਾਂ ਟੁੱਟ ਗਿਆ ਸੀ ਨਾ, ਪਲਾਸਟਿਕ ਵਾਲੇ ਟੁੱਟ ਗਿਆ ਸੀ, ਫਿਰ ਮੈਂ ਇਹਨੂੰ ਜਿਹੜਾ ਹੈ ਸਟੀਲ ਦੇ ਬਣਵਾ ਕੇ ਨਵੇਂ ਲਗਵਾਏ ਸੀ। ਔਰ ਇਹਦੇ ਅੰਦਰ ਥਰਮੋਸਟੇਟ ਜਿਹੜਾ ਸੀ ਉਹ ਮੈਨੂਅਲੀ ਕੰਟਰੋਲ ਹੁੰਦਾ ਸੀ ਔਰ ਇਹਦੇ ਵਿੱਚ ਵੀ ਜਾਲੀਆਂ ਵਾਲਾ ਸਿਸਟਮ ਸੀ ਸਾਰਾ। ਸਪੇਸ ਤੁਸੀਂ ਦੇਖ ਰਹੇ ਹੋ ਥੋੜ੍ਹੀ, ਉਹ ਇਧਰਲੀ ਸਾਈਡ 'ਤੇ ਲਾਈਟ ਵਾਲਾ ਬਟਨ ਸੀ, ਲਾਈਟ ਇਹਦੀ ਉਹ ਇੱਕ ਲੱਗੀ ਹੋਈ ਆ, ਜਿਹੜਾ ਥੱਲੇ ਬਾਕਸ ਆ ਨਾ ਉਹ ਲੱਗੀ ਹੋਈ ਉੱਤੇ, ਤੁਹਾਨੂੰ ਬਲੈਕ ਜਾਂ ਨਜ਼ਰ ਵੀ ਆਉਂਦੀ ਹੋਏਗੀ। ਇਹਦਾ ਗੇਟ ਆ, ਇਹਦੇ ਵਿੱਚ ਜਿਹੜਾ ਹੈ ਸੀ 4 ਟੋਟਲ ਜਿਹੜੇ ਹੈ ਸੀ ਬੋਟਲ ਗਾਰਡ ਸੀ, ਜਿਨ੍ਹਾਂ ਵਿੱਚੋਂ ਇੱਕ ਜਿਹੜਾ ਸੀ ਉਹਦਾ ਸਾਈਜ਼ ਬੜਾ ਸੀ ਔਰ 3 ਜਿਹੜੇ ਸੀ ਉਹਨਾਂ ਦਾ ਸਾਈਜ਼ ਨੋਰਮਲ ਸੀ, ਨਾ ਸਮਾਲ ਸੀ ਨਾ ਬਹੁਤ ਜ਼ਿਆਦਾ ਬੜੇ ਸੀ। ਇਹਦੇ ਵਿੱਚ ਸਟੋਰੇਜ ਕਪੈਸਿਟੀ ਬਹੁਤ ਘੱਟ ਸੀ ਔਰ ਲੋਡ ਇਹ ਜ਼ਿਆਦਾ ਲੈਂਦੀ ਸੀ। ਸਟੇਬਲਾਈਜ਼ਰ ਯੂਜ਼ ਨਹੀਂ ਕਰਦੇ ਸੀ, ਲੇਕਿਨ ਲੋਡ ਜ਼ਿਆਦਾ ਲੈਂਦੀ ਸੀ। ਚਲੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਟੈਕਨੋਲੋਜੀ ਕਿਹੜੀ ਆ ਔਰ ਕਿਹੜੀ ਕਿਹੜੀ ਚੀਜ਼ਾਂ ਅਵੇਲੇਬਲ ਆ ਜਿਹੜੀਆਂ ਸਾਡੀਆਂ ਪੁਰਾਣੀ ਫਰਿੱਜ ਵਿੱਚ ਨਹੀਂ ਹੈਗੀਆਂ ਸੀ। ਫਸਟ ਆਫ ਆਲ ਇਹਦੇ ਵਿੱਚ ਜਿਹੜਾ ਹੈ ਇੰਟੀਗ੍ਰੇਟਿਡ ਹੈ ਗਲਵ, ਹੈਂਡਲ ਨਹੀਂ ਹੈਗੇ ਇਹਦੇ ਵਿੱਚ, ਜਿਹੜਾ ਹੈ ਨਾ ਇੰਟੀਗ੍ਰੇਟਿਡ ਸਿਸਟਮ ਆ। ਹੈਂਡਲ ਜਿਹੜੇ ਸੀ ਉਹ ਜਲਦੀ ਟੁੱਟ ਜਾਂਦੇ ਸੀ। ਅੱਛਾ, ਜਿਹੜਾ ਹੈ ਉੱਪਰ ਵਾਲਾ ਫਰੀਜ਼ਰ ਵਾਲਾ ਸਿਸਟਮ, ਇਹਦੇ ਵਿੱਚ ਡੂਅਲ ਲਾਈਟ ਦਿੱਤੀ ਹੋਈ ਹੈ, ਕਿਉਂਕਿ ਬੜਾ ਹੈ ਸਾਈਜ਼ ਇਹਦਾ ਅਤੇ ਹਰ ਤਰਫ ਜਿਹੜੀ ਹੈ ਨਾ ਲਾਈਟ ਮਿਲ ਜਾਵੇ। ਪਿਛਲੇ ਵਿੱਚ ਇਹ ਵੀ ਨਹੀਂ ਹੈਗਾ ਸੀ, ਠੀਕ ਆ, ਇਹ ਤੋਂ ਕੰਟਰੋਲ ਹੋਏਗਾ। ਇਹਦੇ ਉੱਪਰ ਵੀ ਟਰਬੋ ਫੈਨ ਲੱਗਿਆ ਹੋਇਆ ਜਿਹੜਾ ਸਰਕੂਲੇਟ ਕਰੇਗਾ ਕੂਲਿੰਗ ਨੂੰ ਸਾਰੇ ਬਾਕਸ ਦੇ ਅੰਦਰ। ਬੋਟਲ ਗਾਰਡ ਡਬਲ ਇਹਦੇ ਵਿੱਚ, ਠੀਕ ਹੈ। ਔਰ ਆਹ ਵੀ ਜਿਹੜੇ ਹੈਗੇ ਇਹਦੇ ਗਲਾਸ ਦੇ ਆ, ਜਦਕਿ ਜਿਹੜਾ ਦੂਸਰੇ ਸੀ ਪਹਿਲੇ ਵਾਲੇ ਉਹਦੇ ਵਿੱਚ ਸੀ ਉਹ ਜਾਲੀ ਦੇ ਬਣੇ ਹੋਏ, ਇਹਦੇ ਵਿੱਚ ਜਿਹੜਾ ਹੈ ਸ਼ੀਸ਼ੇ ਵਾਲੇ ਆ, ਗਲਾਸ ਦੇ ਬਣੇ ਆ। ਅੱਛਾ, ਇਹਦੇ ਵਿੱਚ ਤੁਹਾਨੂੰ ਥਰਮੋਸਟੇਟ
सिस्टम भी जोड़ा है वो अंदर कितने मिलेगा क्योंकि थर्मोस्टेट उन्होंने बाहर तो दिता हुआ इतने टेंपरेचर आएगा फ्रीजर का और थले फ्रिज का इनू टेंपरेचर सैटिंग वास्ते आ करा ये 3 सैकेंड लॉक है इनू जो चलेगी ना मैं तुम्हें फिर दसागा सारी चीज़ा कि इनू कि ऑटो सैट करना सुपर कूल की है सुपर फ्रीज की है अगर थोड़ा गर्मियाँ हो सुपर फ्रीज से रखो अगर सुपर कूल तो अगर ठंड ज़्यादा सर्दियाँ करनी है सुपर कूल से रखो अगर ऑटो सैट है तो फिर ये खुद ब खुद जी है डिसाइड करेगी अपने माहौल के मुताबिक कि मैं किन्ना उपर रखना टेंपरेचर कि जोड़ा है थले। अच्छा ये जो है डोर के बोटल गार्ड वोटर गार्ड स्पैशल जोन ये है कि जड़ियाँ जिमें अक्सर चीज़ा होंगे मैडिकल तो रिलेटड जिदा डायबिटीज़ की शुगर का है चीज़ा या लिपस्टिक वगैरह या इदा दिन सारिया चीज़ा जो मेकअप तो रिलेटड होंगे तो स्पैशल जोन रखो ये टेप उतारा ना तो फिर दिखावे ये यूजर मैनुअल यदा बोटल गार्ड ये ठीक है एक थले भी है छोटा बोटल गार्ड। अच्छा जड़ी है पहला ये देखो टेक्नोलॉजी ह्यूमिडिटी कंट्रोल सिस्टम ठीक और जड़ा कि थोड़ी जीडिया भी चीज़ें इतने थले होनगियां फ्रैशनैस वो जी है ना बरकरार रखेगा बेसिकली ठीक है और ये सारा ग्लास सिस्टम थर्मोस्टेट मैं तुम्हें दस दिता ये भी जो है टर्बो फैन लग्या हुआ टर्बो फैन ये पूरे जो सर्कुलेट करेगा यदि लाइट लाइट बाकी आ अंडे वाली अंडे रखने वास्ते और यह जड़ी है बर्फ दी टुकड़ियाँ खाने वास्ते ये है सी टोटल चीज़ ज़्यादा बेहतर लगी सी वह है कि ये जो है ना इंटीग्रेटेड ग्लव सिस्टम मतलब ये हैंडल्स नहीं है जेडे साड़ी पुरानी फ्रिज के कोई 2-3 दफा टुट गया सी और फिर मैं वो देसी इलाज किया ठीक है और दूसरा ये कि यदि टेक्नोलॉजी का ज़्यादा बैटर इनवर्टर ठीक है ये ज़्यादा थोड़ा लोड बहुत अगर थोड़े वोल्टेज भी होंगे करंट के तो भी चलेगी और तीसरा ये स्पेस ज़्यादा जी मैं थोड़ा पहला दसिया कि ये ज़्यादा असी चीज़ा स्टोर कर सकते हैं जिमें समझ गए हो ना समझ जाओ साढ़े 3 कलर अवेलेबल सी रैड और जिमें थले भी रैड बाकी तकरीबन सारी ब्लैक आ बस थोड़ा हिस्सा रैड आ जिमें इतने रैड आ और आ रैड आ ये पर्पल कलर भी है ग्रीन कलर भी है लेकिन ज़्यादा मैं जोड़ा है ना एक रैड ज़्यादा डिसेंट लगा सी यार फ्रिज असी ऑन कर दी है हूँ यदा डिस्प्ले भी आना शुरू हो गया यदा डिस्प्ले आ ऑटो सैट तो मैं चलाई हुई है स्क्रीन लॉक इनू होया पाया जो है टच सिस्टम एस एम लॉक यदा सिग्नल जो है ऑटोमैटिक की हुई है ताकि सुबह तक ऑटोमैटिक चलेगी फिर इन जो है अपने हिसाब से टेंपरेचर जो है वह सैट कर देंगे हूँ इस टाइम उपर वाला जो टेंपरेचर वो 25 डिग्री सेंटीग्रेड शो कर रही है और जो थले वाला है टेंपरेचर बॉक्स का वो इनू 32 ते शो कर रही है और उपर वाला डिस्प्ले आया विद लाइट और थले वाला डिस्प्ले जोड़ा है वह इंज शो हो रहा जिदा थोड़े सामने है और असी हूँ सुबह सारी रात चलावे फिर सुबह तक देखा कि यह की रिजल्ट दिंदी है किन्नी कूलिंग करती है। द नैक्सट टाइम 6-7 घंटे रात चलन तो बाद इहदा हुण उपर वाला टेंपरेचर आ गया 25 तो -12 ते और थले वाला टेंपरेचर 32 तो चला गया 5 ते ठीक है। हुण मैं तुहानू इहदा रिजल्ट विखाउणा कि कूलिंग की किदां कर रही है किन्नी कर रही है देखो भाफां आ रही ना क्या बात है मरी वाला माहौल बना दिता इहने इत्थे 15 दिन यूज़ करन तो बाद मैं दोबारा इहदा रिव्यू दवांगा कि किवें इह जिहड़ा है ना चल रही है। चलो अज दा व्लॉग असीं इत्थे एंड करदे हां और कल मिलदे हां नवें व्लॉग दे नाल। अल्लाह हाफिज़।